ਵਜ਼ੀਰ ਦਿਫਾ ਖਾਜਾ ਆਸਫ ਹੋਰਾਂ ਡਰਾਵਾ ਦਿੱਤਾ ਹੈ ਕਿ ਆਉਣ ਵਾਲੇ ਦਿਨ ਚੰਗੀਆਂ ਖਬਰਾਂ ਲੈ ਕੇ ਨਹੀਂ ਆ ਰਹੇ। ਉਹਨਾਂ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿਸੇ ਦੇ ਹੱਥ ਕੁਝ ਵੀ ਨਾ ਆਵੇ। ਇਹ ਮੈਲ ਡਾਊਨ ਹੋਣੇ ਵਾਲਾ ਹੈ, ਕੋਈ ਕੋਈ ਨਾ ਕੋਈ ਆਈਨੀ ਜੋ ਹੈ ਮੈਲ ਡਾਊਨ ਹੋਣੇ ਵਾਲਾ ਹੈ। ਸੂਨ ਔਰ ਲੇਟਰ ਇਟ ਇਜ਼ ਗੋਇੰਗ ਟੂ ਹੈਪਨ। ਕੁਝ ਦਿਹਾੜੇ ਪਹਿਲਾਂ ਵਜ਼ੀਰ ਇਤਲਾਤ ਅਤਾ ਤਾਰੜ ਹੋਰਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ PTI ਉੱਤੇ ਪਾਬੰਦੀ ਲਾਉਣ ਦਾ ਇਰਾਦਾ ਰੱਖਦੀ ਹੈ। ਉਸ ਵੇਲੇ ਵੀ ਸਿਆਸੀ ਹਾਲਾਤ ਪਰਖਣ ਵਾਲਿਆਂ ਆਖਿਆ ਕਿ ਸਰਕਾਰ ਗਲਤ ਕਾਰਡ ਖੇਡ ਰਹੀ ਹੈ, ਜਿਹਦਾ ਫਾਇਦਾ ਤਹਿਰੀਕੇ ਇਨਸਾਫ਼ ਨੂੰ ਹੀ ਪਹੁੰਚੇਗਾ। ਫਿਰ ਸਰਕਾਰ ਦੀਆਂ ਇਤਿਹਾਦੀ ਜਮਾਤਾਂ ਚੋਂ ਕੁਝ ਨੇ ਕਿਸੇ ਵੀ ਸਿਆਸੀ ਜਮਾਤ ਉੱਤੇ ਪਾਬੰਦੀ ਲਾਉਣ ਤੋਂ ਇਨਕਾਰ ਕੀਤਾ ਤੇ ਕੁਝ ਨੇ ਢਿੱਲੇ ਮੱਠੇ ਲਹਿਜੇ 'ਚ ਗੋਲ ਮੋਲ ਜਿਹਾ ਮੌਕਫ ਇਖਤਿਆਰ ਕੀਤਾ। ਹੁਣ ਆਪ ਹਕੂਮਤ ਚੋਂ ਆਵਾਜ਼ਾਂ ਆ ਰਹੀਆਂ ਨੇ ਕਿ ਸਾਨੂੰ ਇਹ ਪਾਬੰਦੀ ਵਾਲਾ ਕੱਟਾ ਏਡੀ ਛੇਤੀ ਨਹੀਂ ਸੀ ਖੋਲ੍ਹਣਾ ਚਾਹੀਦਾ। ਦੂਜੇ ਪਾਸੇ ਇਸ ਗੱਲ ਨੂੰ ਸੋਸ਼ਲ ਮੀਡੀਆ ਦੇ ਛੱਜ ਵਿੱਚ ਪਾ ਕੇ ਚੰਗੀ ਤਰ੍ਹਾਂ ਛੱਟਿਆ ਜਾ ਰਿਹਾ ਹੈ, ਜਿਹਦਾ ਨੁਕਸਾਨ ਸਰਕਾਰ ਨੂੰ ਹੀ ਪਹੁੰਚ ਰਿਹਾ ਹੈ। ਨਾਲ ਅਮਰੀਕੀ ਤਰਜਮਾਨ ਵੱਲੋਂ ਬਿਆਨ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਹੁਣ ਸਰਕਾਰ ਨੂੰ ਅਹਿਸਾਸ ਹੋ ਰਿਹਾ ਹੈ ਕਿ ਉਹਨੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਿਨਾਂ ਹੀ ਗਲਤ ਵੇਲੇ ਗਲਤ ਪੱਤਾ ਸੁੱਟਿਆ। ਹੁਣ ਗੱਲ ਇਸ ਤੋਂ ਵੀ ਅਗਾਂਹ ਵੱਧ ਕੇ ਇਹ ਦੱਸ ਪੈ ਰਹੀ ਹੈ ਕਿ ਸਰਕਾਰਾਂ ਮਿੱਥੀਆਂ ਸੀਟਾਂ PTI ਨੂੰ ਦੇਣ ਦੇ ਉੱਚੀ ਅਦਾਲਤ ਦੇ ਫੈਸਲੇ ਉੱਤੇ ਅਮਲ ਨਾ ਕਰਨ ਦੀ ਰਾਏ ਪੈਣਾ ਹੈ। ਇਹਦੇ ਨਾਲ ਨਾਲ ਸੁਪਰੀਮ ਕੋਰਟ ਦੇ ਉਹਨਾਂ ਜੱਜਾਂ ਉੱਤੇ ਟਿਕਾ ਕੇ ਤਨਕੀਦ ਕੀਤੀ ਜਾ ਰਹੀ ਹੈ ਜਿਨ੍ਹਾਂ ਇਹ ਫੈਸਲਾ ਤਹਿਰੀਕ ਇਨਸਾਫ ਦੇ ਹੱਕ ਵਿੱਚ ਕੀਤਾ। ਇੰਜ ਲੱਗਦਾ ਹੈ ਜਿਵੇਂ ਇਖਤਿਆਰਾਂ ਦਾ ਲਾਲਚ ਕਰਨ ਵਾਲੇ ਸਿਆਸਤਦਾਨਾਂ ਨੂੰ ਪੂਰਾ ਅਹਿਸਾਸ ਨਹੀਂ ਕਿ ਇਹਦਾ ਨਤੀਜਾ ਮੁਲਕ ਦੀ ਹੋਰ ਤਬਾਹੀ ਦੀ ਸ਼ਕਲ ਵਿੱਚ ਨਿਕਲੇਗਾ। ਲੁਕਾਈ ਪਹਿਲਾਂ ਹੀ ਮਹਿੰਗਾਈ ਤੋਂ ਤੰਗ ਤੇ ਸਿਆਸੀ ਹਾਲਾਤਾਂ ਤੋਂ ਮਾਯੂਸ ਹੈ। ਜੇ ਹੁਣ ਅਜਿਹੀਆਂ ਹਮਾਕਤਾਂ ਹੋਰ ਹੋਈਆਂ ਤੇ ਕੁਝ ਵੀ ਹੋ ਸਕਦਾ ਹੈ। ਸਰਕਾਰਾਂ ਨੂੰ ਹੋਸ਼ ਤੋਂ ਕੰਮ ਲੈਂਦਿਆਂ ਮੁਲਕੀ ਮੁਫਾਦਾਂ ਤੇ ਲੁਕਾਈ ਦੀ ਰਾਏ ਨੂੰ ਆਪਣੇ ਫਾਇਦੇ ਦੀ ਸੂਲੀ ਚੜਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹਦੇ ਵਿੱਚ ਹੀ ਮੁਲਕ ਦਾ ਫਾਇਦਾ ਤੇ ਜਮਹੂਰੀਅਤ ਦੀ ਬਕਾ ਹੈ।